ਆਪਸੀ ਸਾਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇਸ ਵੇਲੇ ਅਸੀਂ ਬੈਠੇ ਹਾਂ ਬੋਇਜ਼ ਹਾਈ ਸਕੂਲ ਸਿੰਬਲ ਕੈਂਪ ਦੇ ਗਰਾਊਂਡ ਦੇ ਵਿੱਚ ਔਰ ਮੇਰੇ ਨਾਲ ਮੈਡਮ ਮਨਦੀਪ ਕੌਰ ਜੀ। ਮਨਦੀਪ ਕੌਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਆਪਸੀ ਸਾਈ ਟੀਵੀ ਤੇ। ਅੱਜ ਤੁਸੀਂ ਸਿੰਬਲ ਕੈਂਪ ਦੇ ਵਿੱਚ ਆਏ ਹੋ, ਬੇਸਿਕਲੀ ਤੁਸੀਂ ਵੀ ਇਸੇ ਇਲਾਕੇ ਦੇ ਵਸਨੀਕ ਸੀਗੇ। ਕਿਵੇਂ ਦੇਖਦੇ ਹੋ ਅੱਜ ਜੋ ਇਹ ਇੱਕ ਇਵੈਂਟ ਜਿਹੜਾ ਹੈ ਕੁਝ ਸੰਸਥਾਵਾਂ ਵੱਲੋਂ ਮਿਲਵੇਂ ਉਪਰਾਲੇ ਦੇ ਨਾਲ ਜਿਹੜਾ ਕਰਵਾਇਆ ਜਾ ਰਿਹਾ, ਜਿਹਦੇ ਵਿੱਚ ਬੱਚਿਆਂ ਦਾ ਵੀ ਔਰ ਬੱਚਿਆਂ ਦਾ ਵੀ ਦੋਨਾਂ ਦੇ ਹਾਕੀ ਡਿਸਪਲੇ ਮੈਚ ਕਰਵਾਇਆ ਜਾ ਰਿਹਾ, ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ? ਮੈਂ ਇਸ ਚੀਜ਼ ਨੂੰ ਬੜੇ ਪੋਜ਼ਿਟਿਵ ਸੈਂਸ ਨਾਲ ਦੇਖ ਰਹੀ ਹਾਂ, ਬਿਕੋਜ਼ ਮੈਂ ਜਿਸ ਤਰ੍ਹਾਂ ਪਹਿਲੇ ਵੀ ਆਖਿਆ ਕਿ ਸਿੰਬਲ ਕੈਂਪ ਦੀ ਜੋ ਇਮੇਜ ਹੈ ਦੈਟ ਵਾਸ ਅ ਵੈਰੀ ਨੋਟੋਰੀਅਸ ਵਨ, ਪੋਜ਼ਿਟਿਵ ਇਮੇਜ ਨਹੀਂ ਸੀ ਸਿੰਬਲ ਕੈਂਪ ਦੇ ਨਾ। ਹਾਂਜੀ ਹਾਂ, ਲੇਕਿਨ ਅੱਜ ਦੇ ਟਾਈਮ ਵਿੱਚ ਇਹ ਇੱਕ ਬੜਾ ਪੋਜ਼ਿਟਿਵ ਔਰ ਬੜਾ ਡਰਾਸਟਿਕ ਚੇਂਜ ਹੈ, ਐਂਡ ਆਈ ਰੀਅਲੀ ਹੋਪ ਕਿ ਫਿਊਚਰ ਵਿੱਚ ਵੀ ਇਹ ਚੀਜ਼ ਕੰਟੀਨਿਊ ਰਹੇਗੀ ਔਰ ਇਹਨਾਂ ਬੱਚਿਆਂ ਨੂੰ ਦੇਖ ਕੇ ਹੋਰ ਬੱਚੇ ਇੰਸਪਾਇਰ ਹੋਣਗੇ ਔਰ ਇਸ ਅੱਛੇ ਰਸਤੇ ਤੇ ਲੱਗਣਗੇ। ਤੁਹਾਨੂੰ ਕਿਸ ਤਰ੍ਹਾਂ ਲੱਗਿਆ, ਕਿਉਂਕਿ ਤੁਸੀਂ ਬਚਪਨ ਇਸੇ ਇਲਾਕੇ ਦੇ ਵਿੱਚ ਗੁਜ਼ਾਰਿਆ ਹੋਇਆ ਹੈ ਔਰ ਤੁਸੀਂ ਇੱਕ ਵਰਡ ਬੋਲਿਆ ਦੈਟ ਵਾਜ਼ ਦਾ ਮਤਲਬ ਕਿ ਸੀਗੀ ਜੀ, ਹੁਣ ਅਸੀਂ ਇਹ ਧੋ ਛੱਡੀਏ, ਹੈ ਨਾ, ਬਿਕੋਜ਼ ਇਹ ਚੀਜ਼ਾਂ ਦੇਖਣ ਦੇ ਬਾਅਦ ਤੇ। ਹਾਂ, ਅੱਜ ਤੁਸੀਂ ਨੌਜਵਾਨ, ਪਹਿਲਾਂ ਅਸੀਂ ਦੇਖਦੇ ਸੀਗੇ ਕਿਸ ਤਰੀਕੇ ਦੇ ਨਾਲ ਇੱਥੇ ਚੱਲਦੇ ਸੀ, ਅੱਜ ਤੁਸੀਂ ਆਪ ਇੱਕ ਵਰਦੀ ਪਾ ਕੇ, ਸਿਨੈਰੀਓ ਬੜਾ ਚੇਂਜ ਹੋ ਚੁੱਕਿਆ, ਬਦਲ ਚੁੱਕਿਆ ਬਿਲਕੁਲ, ਸਿਨੈਰੀਓ ਬਹੁਤ ਹੱਦ ਤੱਕ ਬਦਲ ਚੁੱਕਿਆ। ਤੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਅੱਜ ਇਹ ਟੀਮਾਂ ਇੱਥੇ ਆਈਆਂ ਹਨ ਇਹਨਾਂ ਤੋਂ ਪ੍ਰੇਰਿਤ ਹੋ ਕੇ ਹੋਰ ਨੌਜਵਾਨ ਅੱਗੇ ਆਉਣਗੇ ਜਾਂ ਸਾਨੂੰ ਹੋਰ ਕੀ ਕਰਨਾ ਚਾਹੀਦਾ ਇਹਦੇ ਵਾਸਤੇ? ਸਭ ਤੋਂ ਪਹਿਲੇ ਤਾਂ ਔਰਗਨਾਈਜ਼ਰਸ ਨੂੰ ਮੈਂ ਮੁਬਾਰਕਬਾਦ ਦਿਆਂਗੀ, ਉਹਨਾਂ ਨੇ ਇਹ ਜੋ ਉਪਰਾਲਾ ਕੀਤਾ ਹੈ ਇਸ ਚੀਜ਼ ਨੂੰ ਫਰਦਰ ਕੰਟੀਨਿਊ ਰੱਖਣ, ਇਸ ਨੂੰ ਇੱਥੇ ਹੀ ਨਾ ਰੋਕਣ, ਬਿਲਕੁਲ ਹੋਰ ਇਸ ਨੂੰ ਲਾਰਜਰ ਸਕੇਲ ਤੇ, ਬ੍ਰੋਡਰ ਸਕੇਲ ਤੇ ਕਰਨ, ਹੋਰ ਵੀ ਜੀਆਂ ਇਸ ਲਈ ਤੇ ਸਿਰਫ ਲੋਕਲ ਟੀਮਸ ਨੇ, ਦੂਸਰੀ ਡਿਸਟ੍ਰਿਕਟਸ ਤੋਂ, ਦੂਸਰੀ ਸਟੇਟਸ ਤੋਂ ਵੀ ਟੀਮਸ ਆਣ, ਇਸ ਨੂੰ ਹਾਇਰ ਲੈਵਲ ਤੇ ਲੈ ਕੇ ਜਾਣ ਤਾਂ ਕਿ ਮੈਕਸੀਮਮ ਪਾਰਟੀਸੀਪੇਸ਼ਨ ਹੋਏ, ਮੈਕਸੀਮਮ ਬੱਚੇ ਇੱਥੇ ਆਵਣ ਤੇ ਸਾਡੇ ਬੱਚੇ ਜਦੋਂ ਬਾਹਰ ਦੇ ਬੱਚੇ ਆਣਗੇ ਉਹਨਾਂ ਕੋਲੋਂ ਬਹੁਤ ਕੁਝ ਅੱਛਾ ਸਿੱਖਣਗੇ, ਹੈ ਨਾ। ਜਦੋਂ ਆਪਸ ਵਿੱਚ ਅਸੀਂ ਕਮਿਊਨੀਕੇਟ ਕਰਦੇ ਹਾਂ, ਇੰਟਰੈਕਟ ਕਰਦੇ ਹਾਂ ਤਾਂ ਬਹੁਤ ਸਾਰੀ ਪੋਜ਼ਿਟਿਵ ਚੀਜ਼ਾਂ, ਬਹੁਤ ਸਾਰੀ ਅੱਛੀ ਚੀਜ਼ਾਂ ਅਸੀਂ ਇੱਕ ਦੂਸਰੇ ਕੋਲੋਂ ਸਿੱਖਦੇ ਹਾਂ। ਸੋ ਔਰਗਨਾਈਜ਼ਰਸ ਇਸ ਨੂੰ ਨੈਕਸਟ ਲੈਵਲ ਤੇ, ਹਾਇਰ ਲੈਵਲ ਤੇ ਲੈ ਕੇ ਜਾਣ ਔਰ ਇਸ ਚੀਜ਼ ਨੂੰ ਇੱਥੇ ਹੀ ਸਟਾਪ ਨਾ ਕਰਨ। ਔਰ ਜਿਵੇਂ ਤੁਹਾਨੂੰ ਦੱਸ ਦਈਏ ਕਿ ਅਸੀਂ ਗੱਲ ਕਰਦੇ ਨਾ ਇਸ ਗਰਾਊਂਡ ਦੀ, ਕਿਉਂਕਿ ਇਹ ਬੋਇਜ਼ ਹਾਈ ਸਕੂਲ ਸਿੰਬਲ ਕੈਂਪ ਦਾ ਇਹ ਜੋ ਗਰਾਊਂਡ ਹੈ, ਇਸ ਗਰਾਊਂਡ ਨੇ ਪਿਛਲੇ ਸਮੇਂ ਦੇ ਵਿੱਚ ਜੋ ਇਸ ਵੇਲੇ ਤੱਕ ਕਰੀਬ 100 ਤੋਂ ਵੱਧ ਨੈਸ਼ਨਲ ਪਲੇਅਰਸ ਦਿੱਤੇ ਹੋਏ ਨੇ, ਅਤੇ ਜਿਸ ਤਰੀਕੇ ਦਾ ਤੁਸੀਂ ਕਹਿ ਰਹੇ ਹੋ ਅਗਰ ਅਸੀਂ ਉਸ ਲੈਵਲ ਤੱਕ ਪਹੁੰਚ ਜਾਂਦੇ ਹਾਂ ਤਾਂ ਮੈਨੂੰ ਲੱਗਦਾ ਅਸੀਂ ਸਾਲ ਦੇ ਵਿੱਚ ਹੀ 100 ਕੱਢ ਸਕਦੇ ਹਾਂ, ਕਿਵੇਂ ਲੱਗਦਾ ਤੁਹਾਨੂੰ? ਬਿਲਕੁਲ ਬਿਲਕੁਲ, ਇਨਫੈਕਟ ਜਦੋਂ ਇਹ ਚੀਜ਼ ਜ਼ਿਆਦਾ ਬ੍ਰੋਡਰ ਸੈਂਸ ਵਿੱਚ ਅਸੀਂ ਕਰਾਂਗੇ ਤੇ ਪੇਰੈਂਟਸ ਦਾ ਵੀ ਇਸ ਵਿੱਚ ਜ਼ਿਆਦਾ ਇੰਟਰਸਟ ਹੋਏਗਾ, ਬਿਕੋਜ਼ ਜਿਸ ਤਰ੍ਹਾਂ ਪੇਰੈਂਟਸ ਜ਼ਿਆਦਾ ਉਹ ਐਜੂਕੇਸ਼ਨ ਸੈਂਟਰਡ ਹੀ ਹੁੰਦੇ ਨੇ ਕਿ ਬੱਚਾ ਸਿਰਫ ਉਹ ਕਰਿਕੂਲਮ ਤੋਂ, ਹਾਂ, ਪੜ੍ਹਾਈ ਤੋਂ ਬਿਲਕੁਲ ਥੋੜ੍ਹਾ ਜਿਹਾ ਵੀ ਡਿਸਟਰੈਕਟ ਨਹੀਂ ਹੋਏ, ਬਟ ਦਿਸ ਇਜ਼ ਨੋਟ ਡਿਸਟਰੈਕਸ਼ਨ। ਅੱਜ ਦੇ ਟਾਈਮ ਵਿੱਚ ਤੁਸੀਂ ਦੇਖੋ ਬੱਚੇ ਸਪੋਰਟਸ ਨੂੰ ਐਜ਼ ਅ ਕਰੀਅਰ ਵੀ ਲੈ ਕੇ ਚੱਲਦੇ ਨੇ ਔਰ ਬੜਾ ਅੱਛਾ ਉਸ ਵਿੱਚ ਕਰ ਰਹੇ ਨੇ। ਤੁਸੀਂ ਹੁਣ ਫਿਜ਼ੀਕਲ ਤੌਰ ਦੇ ਉੱਪਰ ਜਿਸ ਤਰ੍ਹਾਂ ਕਿ ਤੁਸੀਂ ਇੱਕ ਆਫੀਸਰ ਹੋ, ਤੁਹਾਨੂੰ ਤਾਂ ਆਟੋਮੈਟਿਕਲੀ ਤੁਹਾਡੇ ਤਾਂ ਐਕਸਰਸਾਈਜ਼ ਵਗੈਰਾ ਹੋ ਹੀ ਜਾਂਦੀਆਂ ਨੇ ਔਰ ਤੁਸੀਂ ਟ੍ਰੇਨਿੰਗ ਵੀ ਕਰਕੇ ਆਏ ਹੋ, ਤੁਸੀਂ ਇਸ ਚੀਜ਼ ਨੂੰ ਬਖੂਬੀ ਸਮਝਦੇ ਹੋ ਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਦਰਸ਼ਕੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਜਿਹੜੀਆਂ ਨੇ ਫਿਜ਼ੀਕਲ ਐਕਸਰਸਾਈਜ਼ ਸ਼ੁਰੂ ਨੇ, ਉਸ ਤੋਂ ਵੀ ਪਹਿਲਾਂ ਵੀ ਚੱਲਦੀਆਂ ਸੀ, ਕਿਉਂਕਿ ਅਗਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲਈਏ ਤਾਂ 4 ਉਦਾਸੀਆਂ ਅਗਰ ਤੁਹਾਡੀ ਫਿਜ਼ੀਕ ਅੱਛੀ ਨਾ ਹੋਏ ਤਾਂ ਨਹੀਂ ਹੋ ਸਕਦੀਆਂ ਸਨ। ਉਸ ਤੋਂ ਬਾਅਦ ਜਦੋਂ ਉਦਾਸੀਆਂ ਕਰਨ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਵਾਪਸ ਕਰਤਾਰਪੁਰ ਵਿਖੇ ਪਹੁੰਚਦੇ ਨੇ ਅਤੇ ਆਪਣੇ ਬੁਢੇਪੇ ਦੇ ਵਿੱਚ ਵੀ ਉਹ ਜਿਹੜੀ ਹੈ ਖੇਤੀਬਾੜੀ ਕਰਦੇ ਨੇ ਔਰ ਖੇਤੀਬਾੜੀ ਕਰਨਾ ਕੋਈ ਆਮ ਸਾਡੇ ਵਰਗੇ ਬੰਦੇ ਦਾ ਕੰਮ ਨਹੀਂ ਹੈ, ਅਗਰ ਫਿਜ਼ੀਕ ਤੁਹਾਡੀ ਓਕੇ ਹੋਏਗੀ, ਤੁਸੀਂ ਕਸਰਤ ਵਗੈਰਾ ਕਰਨ ਵਾਲੇ ਹੋਵੋਗੇ ਤਾਂ ਹੀ ਕਰੋਗੇ। ਕਹਿੰਦੇ ਨੇ ਨਾ ਕਿ ਗੁੱਡ ਫਿਜ਼ੀਕ ਦੇ ਨਾਲ ਹੀ ਤੁਹਾਡਾ ਮਾਇੰਡ ਜਿਹੜਾ ਹੈ ਉਹ ਅੱਛਾ ਹੁੰਦਾ ਹੈ। ਅਤੇ ਹੁਣ ਤੁਸੀਂ ਕਿਵੇਂ ਦਾ ਦੇਖਦੇ ਹੋ ਕਿ ਅੱਜ ਜਿਹੜੀਆਂ ਖਾਸ ਕਰਕੇ ਬੱਚੀਆਂ ਸਾਡੀਆਂ
ਪਿਛਲੇ ਦਿਨੀ ਕਾਫੀ ਦੇਖਿਆ ਗਿਆ ਹੈ ਜੰਮੂ ਦੇ ਵਿੱਚ, ਕਿਉਂਕਿ ਤੁਸੀਂ ਹੁਣ ਜੰਮੂ ਦੇ ਵਿੱਚ ਡੀਲ ਕਰਦੇ ਹੋ ਐਜ਼ ਏ SHO ਵੁਮਨ ਸੈੱਲ। ਜੰਮੂ ਦੇ ਵਿੱਚ ਬਹੁਤ ਸਾਰੇ ਐਸੇ ਕੇਸਿਸ ਜਿਹੜੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਜਿਹੜੀਆਂ ਫੀਮੇਲਸ ਨੇ ਉਹ NDPS ਦੇ ਤਹਿਤ ਬੜੀਆਂ ਤੁਸੀਂ ਪਕੜੀਆਂ ਵੀ ਹਨ ਜੀ, ਆਪਣੀਆਂ ਬੱਚੀਆਂ ਨੂੰ ਕਿਸ ਤਰ੍ਹਾਂ ਦਾ ਇੱਕ ਮੈਸੇਜ ਦੇਣਾ ਚਾਹੋਗੇ ਕਿ ਉਹ ਕਮ ਸੇ ਕਮ ਇਹੋ ਜਿਹੇ ਹਾਲਾਤਾਂ ਤੋਂ ਬਚ ਸਕਣ? ਬੱਚੇ ਜਦੋਂ ਸਾਡਾ ਯੂਥ ਜਦੋਂ ਥੋੜਾ ਜਿਹਾ ਵੀ ਡਿਸਟਰੈਕਟ ਹੋ ਜਾਂਦਾ ਨਾ, ਗਲਤ ਰਾਹ ਪੈ ਜਾਂਦਾ ਹੈ, ਤਦੋਂ ਜੋ ਪਹਿਲਾ ਗਲਤ ਸਟੈਪ ਜਿਸ ਤਰਫ ਉਹ ਜਾ ਰਹੇ ਨੇ, ਅੱਜ ਦਾ ਯੂਥ ਜੋ ਜਾ ਰਿਹਾ ਦੈਟ ਇਜ਼ ਟੂਵਰਡਸ ਡਰੱਗਸ। ਡਰੱਗ ਮੈਨੈਂਸ ਇੱਕ ਸਿਰਫ ਸਾਡੇ ਡਿਪਾਰਟਮੈਂਟ ਲਈ ਨਹੀਂ, ਪੂਰੀ ਸੋਸਾਇਟੀ ਲਈ ਇੱਕ ਬਹੁਤ ਵੱਡਾ ਇੱਕ ਹੈਡੇਕ ਬਣ ਗਿਆ, ਜਿਸ ਨੂੰ ਸਾਨੂੰ ਕਲੈਕਟਿਵਲੀ ਮਿਲ ਕੇ ਇਸਦਾ ਕੋਈ ਨਾ ਕੋਈ ਸੋਲਿਊਸ਼ਨ ਨਿਕਾਲਣਾ ਹੈ। ਬਿਕੋਜ਼ ਜਿਸ ਤਰੀਕੇ ਨਾਲ ਸਾਡਾ ਯੂਥ ਡਰੱਗ ਦੀ ਤਰਫ ਅਟਰੈਕਟ ਹੋ ਰਿਹਾ, ਮੈਨੂੰ ਲੱਗਦਾ ਹਰ ਘਰ ਦੇ ਵਿੱਚ ਤੁਸੀਂ ਦੇਖੋ ਕਿ ਮਤਲਬ ਇੱਕ ਤੁਹਾਨੂੰ ਡਰੱਗ ਐਡਿਕਟ ਜ਼ਰੂਰ ਮਿਲ ਜਾਏਗਾ। ਮੋਸਟਲੀ ਅੱਜ ਕੱਲ ਤੇ ਆਮ ਹੋ ਗਿਆ, ਬਿਲਕੁਲ ਬਹੁਤ ਕਾਮਨ ਹੋ ਗਈ ਹੈ ਇਹ ਚੀਜ਼। ਸੋ ਬੱਚਿਆਂ ਨੂੰ ਅਗਰ ਅਸੀਂ ਸਪੋਰਟਸ ਵਾਲੇ ਪਾਸੇ ਲਗਾਉਂਦੇ ਹਾਂ ਤਾਂ ਸਪੋਰਟਸਮੈਨਸ਼ਿਪ ਜਿਹੜੀ ਜਿਸ ਇਨਸਾਨ ਦੇ ਅੰਦਰ ਹੋਏਗੀ ਉਹ ਇਸ ਚੀਜ਼ ਵੱਲ ਬਹੁਤ ਰੇਅਰ ਚਾਂਸਸ ਹਨ ਉਹ ਜਾਏਗਾ ਜੀ। ਸੋ ਅਗਰ ਅਸੀਂ ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਿਰਫ ਸਟੱਡੀ ਸੈਂਟਰ ਨਾ ਕਰਕੇ ਅਗਰ ਅਸੀਂ ਉਹਨਾਂ ਨੂੰ ਸਪੋਰਟਸ ਵਾਲੇ ਪਾਸੇ ਇਸ ਪਾਸੇ ਲਗਾਉਂਦੇ ਹਾਂ, ਸੋ ਬਹੁਤ ਹੱਦ ਤੱਕ ਮੈਨੂੰ ਲੱਗਦਾ ਹੈ ਕਿ ਇਸ ਚੀਜ਼ 'ਤੇ ਅਸੀਂ ਥੋੜ੍ਹਾ ਜਿਹਾ ਕੰਟਰੋਲ ਪਾ ਸਕਦੇ ਹਾਂ, ਕੰਟਰੋਲ ਕਰ ਸਕਦੇ ਜੀ ਜੀ। ਜਿਵੇਂ ਕਿ ਨਾ ਪਿਛਲੇ ਦਿਨੀ ਮੇਰੇ ਆਪਸੀ ਸਾਇੰਸ ਚੈਨਲ ਦੇ ਉੱਪਰ ਹੀ ਇੱਕ ਅਸੀਂ ਇੱਕ ਇੰਟਰਵਿਊ ਚਲਾਇਆ ਸੀ, ਇੱਕ ਜਿਹੜਾ ਡਰੱਗ ਐਡਿਕਟ ਸੀਗਾ, ਉਸਨੇ 200 ਡਰੱਗ ਪੈਡਲਰ ਤੱਕ ਰਿਹਾ ਹੋਇਆ, ਉਸਨੇ ਜਿਹੜਾ ਨਸ਼ਾ ਛੱਡਿਆ ਹੈ। ਹੁਣ ਜਿਵੇਂ ਅੱਜ ਦੇ ਦੌਰ ਦੇ ਵਿੱਚ ਬੱਚੇ ਜਿਹੜੇ ਨੇ ਨਸ਼ਿਆਂ ਦੇ ਵਿੱਚ ਪੈ ਚੁੱਕੇ ਨੇ ਜਿਹੜੇ, ਉਹਨਾਂ ਦੇ ਲਈ ਕੁਛ ਐਸਾ ਡਰੱਗ ਐਡਿਕਸ਼ਨ ਸੈਂਟਰਸ ਵਗੈਰਾ ਕੁਛ ਨੇੜੇ ਤੇੜੇ ਹੈ ਜਾਂ ਛੱਡਿਆ ਜਾ ਸਕਦਾ ਹੈ? ਇਹ ਤਾਂ ਕਲੀਅਰ ਹੈ, ਬਹੁਤ ਸਾਰੇ ਡੀ ਐਡਿਕਸ਼ਨ ਸੈਂਟਰਸ ਨੇ, ਇੱਕ ਸਾਡਾ ਪੁਲਿਸ ਦਾ ਹੀ ਡੀ ਐਡਿਕਸ਼ਨ ਸੈਂਟਰ ਹੈ, ਉਸ ਦੇ ਇਲਾਵਾ ਵੀ 2-3 ਹੋਰ ਸੈਂਟਰਸ ਨੇ ਜਿੱਥੋਂ ਬਹੁਤ ਸਾਰੇ ਡਰੱਗ ਐਡਿਕਟ ਜਿਹੜੇ ਹਨ ਉਹ ਬਿਲਕੁਲ ਨਾਰਮਲ ਹੋ ਕੇ ਤੇ ਵਾਪਸ ਆਏ ਨੇ। ਇਹ ਸਭ ਕੁਛ ਇਨਸਾਨ ਦੀ ਆਪਣੀ ਵਿਲ ਪਾਰ ਤੇ ਵੀ ਡਿਪੈਂਡ ਕਰਦਾ ਹੈ। ਇਹ ਸੈਂਟਰਸ ਦੇ ਟ੍ਰੀਟਮੈਂਟ ਇਹ ਸਭ ਕੁਛ ਤਦ ਤੱਕ ਸਕਸੈਸਫੁਲ ਨਹੀਂ ਹੈ ਜਦ ਤੱਕ ਤੁਸੀਂ ਆਪ ਸੈਲਫ ਡਿਟਰਮਿਨਡ ਨਹੀਂ ਹੋ, ਤੁਹਾਡੀ ਆਪਣੀ ਡਿਟਰਮੀਨੇਸ਼ਨ ਹੈ, ਤੁਸੀਂ ਇਸ ਨੂੰ ਛੋੜਨਾ ਚਾਹੁੰਦੇ ਹੋ ਤੇ 100% ਇਸ ਵਿੱਚ ਪੋਜ਼ਿਟਿਵ ਆਊਟਕਮ ਆਉਂਦੀ। ਤੋਂ ਮਨਦੀਪ ਕੌਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਕਿਉਂਕਿ ਤੁਹਾਡਾ ਇੰਤਜ਼ਾਰ ਇਸ ਵੇਲੇ ਟੀਮਾਂ ਵੀ ਕਰ ਰਹੀਆਂ ਨੇ। ਥੈਂਕ ਯੂ ਵੈਰੀ ਮੱਚ। ਦੇਖਦੇ ਰਹੋ ਆਪਸੀ ਸਾਇੰਸ ਟੀਵੀ, ਇਸੇ ਤਰ੍ਹਾਂ ਦੇ ਹੋਰ ਵੀ ਸ਼ਖਸੀਅਤਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ। ਧੰਨਵਾਦ ਜੀ।